ਅਸਲਾਮ ਵਾਲੇਕਮ ਜੀ, ਦਾਨਿਸ਼ ਐਗਰੀਕਲਚਰ 'ਚ ਖੁਸ਼ ਆਮਦੀਦ। ਮੰਡੀ ਅੱਜ ਫਿਰ ਜ਼ਰਾ 100 ਤੋਂ 50 ਰੁਪਏ ਤੇਜ਼ੀ ਦੇਖੀ ਜਾ ਰਹੀ ਹੈ ਕਣਕ 'ਚ। ਆਹ ਚੈੱਕ ਕਰੋ ਜੀ, ਅੱਛਾ ਅੱਛਾ ਸਾਡਾ ਭਰਦਾ ਪਿਆ। ਅਤੇ ਚਾਚਾ ਅੱਜ ਕਣਕ ਕੀ ਰੇਟ ਵਿੱਚ ਹੀ ਹੈ ਤਾਂ ਦੱਸ ਦੇ। 2750 ਰੁਪਈਏ ਆਹ ਵੇਖੋ ਜੀ, ਮਾਸ਼ਾਅੱਲਾ 2700 ਤੱਕ ਰੇਟ ਸੀਗਾ, 2750 ਤੱਕ। ਅੱਜ ਮਜ਼ੀਦ ਮੱਕੀ ਕਹਿੰਦੇ ਨਵੀਂ ਮੰਡੀ ਸ਼ੁਰੂ ਹੋ ਗਈ ਆ, ਉੱਥੇ ਪੱਲੀ ਮੰਡੀ ਲੱਥਦੀ ਪਈ। ਚਲੋ ਜਿੱਥੋਂ ਵੀ ਗਈ ਚੱਲਦੇ ਉੱਥੇ ਵੇਖ ਕੇ ਆਉਂਦੇ। ਲਓ ਜੀ ਮੱਕੀ, ਮਾਸ਼ਾਅੱਲਾ ਮੱਕੀ ਵੀ ਜਿਹੜੀ ਤਕਰੀਬਨ 2150 ਰੁਪਏ ਤੱਕ ਚਲੀ ਗਈ ਹੈ, ਅਤੇ ਕਣਕ ਵੀ ਜਿਹੜੀ ਹੈ 25 ਰੁਪਏ ਮਜ਼ੀਦ ਇਜ਼ਾਫਾ ਹੋ ਗਿਆ, 2750 ਰੁਪਏ ਤੱਕ ਚਲੀ ਗਈ ਹੈ। ਬਾਕੀ ਕਪਾਹ ਦੀ ਅੱਜ ਹੜਤਾਲ ਆ। ਉਹ ਸਾਹਮਣੇ ਰਕਸ਼ਾ ਖੜਾ, ਕਪਾਹ ਬੰਦ ਹੋ ਗਈ ਹੈ ਨਾ, ਕਪਾਹ ਨਹੀਂ ਖਰੀਦ, ਖਰੀਦਣੀ ਨਹੀਂ ਕਹਿੰਦੇ, ਅੱਜ ਦੀ ਖਰੀਦਣੀ ਹੈ, ਅੱਜ ਦੀ ਖਰੀਦ ਬੰਦ ਆ ਜੀ। ਅਤੇ ਉਹ ਕਹਿੰਦੇ ਜੀ ਬਿਜਲੀ ਦੇ ਬਿੱਲਾਂ 'ਚ ਜਿਹੜਾ ਟੈਕਸ ਲਾਇਆ ਗਿਆ ਉਹ ਖਤਮ ਕਰੋ, ਅਤੇ ਫਿਰ ਜਾ ਕੇ ਜਿਹੜਾ ਵਾ ਕਪਾਹ ਦੀ ਖਰੀਦਦਾਰੀ ਸ਼ੁਰੂ ਕੀਤੀ ਜਾਏਗੀ। ਬਾਕੀ ਜ਼ਿਆਦਾਤਰ ਜਨਾਜ਼ ਇਸ ਟਾਈਮ ਮੱਕੀ ਆ ਰਹੀ ਆ, ਕਣਕ ਜਿਹੜੀ ਆ ਡੇਲੀ ਦੀ ਬੁਨਿਆਦ 'ਤੇ ਇਜ਼ਾਫਾ ਦੇਖਿਆ ਜਾ ਰਿਹਾ। ਤੁਹਾਡੇ ਇਲਾਕੇ 'ਚ ਕੀ ਰੇਟ ਆ ਸਾਨੂੰ ਕਮੈਂਟਸ 'ਚ ਜ਼ਰੂਰ ਦੱਸਿਓ। ਇਨਸ਼ਾਅੱਲਾ ਇੱਕ ਨਵੀਂ ਵੀਡੀਓ ਦੇ ਨਾਲ ਨਵੀਂ ਅਪਡੇਟ ਦੇ ਨਾਲ ਦੁਬਾਰਾ ਹਾਜ਼ਰ ਹੋਵਾਂਗੇ। ਅੱਲਾਹ ਹਾਫਿਜ਼।